दैनिक सवेरा अंधेरे से उजाले की ओर। लुधियाना के गुरु नानक देव भवन में हैप्पी बीट एंड डांस स्टूडियो की ओर से डांस शो बीट 2015 का आयोजन किया गया। इस दौरान एक ज्योत विकलांग स्कूल के विकलांग बच्चों ने आयोजित कार्यक्रम में सुंदर प्रस्तुतियां पेश कर दर्शकों का मन मोह लिया। इस अवसर पर एक ज्योत के आयोजकों ने कहा कि ऐसे कार्यक्रमों से बच्चों के मनोबल में वृद्धि होती है और समाज में कुछ कर दिखाने की लालसा भी पैदा होती है। देखो जी, सब तो पहला तो मैं ਬੀਬਾ ਸਤਵੰਦ ਕੌਰ ਅਤੇ ਉਹਨਾਂ ਦੀ ਸਾਰੀ ਟੀਮ ਦਾ ਇਸ ਗੱਲ ਤੋਂ ਧੰਨਵਾਦੀ ਹਾਂ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੁਛ ਕਰਨਾ ਚਾਹੁੰਦੇ ਨੇ। ਜਿੰਨੇ ਹੁਣ ਤੱਕ ਇਤਿਹਾਸ ਲਿਖੇ ਗਏ ਨੇ, ਕਿਤਾਬਾਂ ਲਿਖੀਆਂ ਗਈਆਂ ਨੇ, ਉਹਨਾਂ ਲੋਕਾਂ ਦੇ ਨਾਂ ਆਏ ਨੇ ਜਿਹੜੇ ਕੁਛ ਕਰ ਗਏ ਨੇ ਆਪਣੇ ਸਮੇਂ ਦੇ ਵਿੱਚ। ਦੁਨੀਆ ਬਹੁਤ ਆਈ ਆ, ਕਹਿਣ ਵਾਲੀ ਆਈ, ਕਰਨ ਵਾਲੇ ਬਹੁਤ ਘੱਟ ਆਏ, ਪਰ ਉਹ ਕਰਕੇ ਗਏ, ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣ ਗਏ। ਇਸ ਕਰਕੇ ਜੀਵਨ ਜਿਹੜਾ ਇਹ ਇਨਸਾਨੀ ਜ਼ਿੰਦਗੀ ਆ, ਜੇ 84 ਲੱਖ ਜੂਨਾਂ ਦੇ ਵਿੱਚ ਇੱਕ ਤਰ੍ਹਾਂ ਮਿਲਦੀ ਆ, ਉਹ ਪਰਮਾਤਮਾ ਨੂੰ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਾਸਤੇ ਹੁੰਦੀ ਆ।